ਰਾ ਕਥਨ ਪਿਛਲੇ ਸ਼ਬਦ ਦਾ ਭਾਵ ਜਾਰੀ ਹੈ ਸ੍ਰੀ ਰਾਗ ਮਹੱਲਾ 3 ਹਉ ਮੈਂ ਕਰਮ ਕਮਾਵ ਦੇ ਜਮ ਡੰਡ ਲੱਗੈ ਤਿਨ ਆਏ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਸੇਤੀ ਲਿਵ ਲਾਈ ਗੱਲ ਕੀ ਜੋ ਸਤਗੁਰੂ ਨੂੰ ਸੇਵੰਦੇ ਹਨ ਉਹ ਬਾਤ ਜਾਣਗੇ ਕੀਕੂ ਉੱਤਰ ਗੁਰੂ ਕਿਰਪਾ ਨਾਲ ਹਰ ਜੀ ਉਹ ਵਿੱਚ ਲੇਵ ਲਾ ਕੇ ਪਰ ਜੋ ਹਉਮੈ ਦੇ ਕਰਮ ਕਰਦੇ ਹਨ ਉਹਨਾਂ ਨੂੰ ਜਮ ਦੰਡ ਲੱਗੇਗਾ ਮਨ ਰੇ ਗੁਰਮੁਖ ਨਾਮ ਧਿਆਇ ਤੁਰ ਪੂਰਬ ਕਰਤੈ ਲਿਖਿਆ ਤਿਨਾ ਗੁਰਮਤਿ ਨਾਮ ਸਮਾਇ ਰਹਾ ਤਾ ਤੇ ਹੈ ਮੇਰੇ ਮਨ ਗੁਰੂ ਦੁਆਰਾ ਨਾਮ ਦਾ ਸਿਮਰਨ ਕਰ ਪਰ ਇਹ ਸਮਝ ਲੈ ਕੇ ਕਰਤੇ ਨੇ ਪਹਿਲੋਂ ਹੀ ਤੁਰ ਤੋਂ ਜਿਨ੍ਹਾਂ ਦੇ ਭਾਗਾਂ ਵਿੱਚ ਲਿਖ ਦਿੱਤਾ ਹੈ ਉਹਨਾਂ ਦੀ ਸਮਾਈ ਗੁਰੂ ਮਤ ਦੁਆਰਾ ਨਾਮ ਵਿੱਚ ਹੋਣੀ ਹੈ ਰਹਾਉ ਪ੍ਰਸ਼ਨ ਹੁੰਦਾ ਹੈ ਕਿ ਆਪਣੇ ਕੀਤੇ ਕਰਮਾਂ ਅਨੁਸਾਰ ਕਰਤੇ ਨੇ ਲੇਖ ਲਿਖਨੇ ਹਨ ਚਾਹੋ ਸਵੈ ਇੱਛਾ ਨਾਲ ਲਿਖਨੇ ਹਨ ਸਾਨੂੰ ਕੀ ਕੋ ਪਤਾ ਲੱਗੇ ਕਿ ਸਾਡੇ ਭਾਗਾਂ ਵਿੱਚ ਲਿਖਿਆ ਹੈ ਕਿ ਨਹੀਂ ਉਤਰ ਅਸੀਂ ਸਤ ਸੰਗਤ ਕਰੀਏ ਸ਼ਰਨ ਲਈਏ ਨਾਮ ਪ੍ਰਾਪਤ ਹੋ ਕੇ ਲੱਗ ਪਈਏ ਜੇ ਭਾਗਾਂ ਵਿੱਚ ਹੈ ਤਾਂ ਸਿਮਰਨ ਤੁਰ ਪਏਗਾ ਇਸ ਲਈ ਧਰੋਂ ਲਿਖਤ ਦੱਸਦੇ ਹੋਏ ਵੀ ਫਿਰ ਉਪਦੇਸ਼ ਕਰੀ ਚੱਲਦੇ ਹਨ ਕਿ हे ਮੇਰੇ ਮਨ ਗੁਰਮੁਖ ਹੋ ਕੇ ਸਿਮਰਨ ਕਰ ਉਦਮ ਕਰੀ ਚੱਲ ਜਿਸ ਤਰ੍ਹਾਂ ਉਦਮ ਕਰੋ ਹੋ ਵਡ ਭਾਗੀ ਹੋ ਸਿਮਰ ਹੋ ਹਰ ਹਰ ਰਾਈ ਆਸਾ ਮਹੱਲਾ ਪੰਜਵਾ ਸ਼ੰਤ ਵੇਣ ਸਤ ਗੁਰ ਪਰਤੀਤ ਨ ਆਵਈ ਨਾਮ ਨਾ ਲਾਗੋ ਭਾਉ ਸਤ ਗੁਰ ਤੋਂ ਬਿਨਾ ਭਰੋਸਾ ਨਹੀਂ ਵੱਜਦਾ ਤੇ ਨਾਮ ਵਿੱਚ ਪ੍ਰੀਤ ਨਹੀਂ ਉਪਦੀ ਸੋਪਣੇ ਸੁਖ ਨਾ ਪਾਵਈ ਦੁਖ ਮਹਿ ਸਵੈ ਸਮਾਈ ਨਾਮ ਵਿੱਚ ਪ੍ਰਤੀਤ ਬਿਨਾ ਸੁਪਨੇ ਵਿੱਚ ਵੀ ਆਤਮ ਸੁਖ ਪ੍ਰਾਪਤ ਨਹੀਂ ਹੁੰਦਾ ਇਉਂ ਨਾਮਹੀਣ ਦੁਖ ਵਿੱਚ ਰੋਜ ਸੌਂਦਾ ਹੈ ਤੇ ਦੁਖ ਵਿੱਚ ਹੀ ਮਰ ਜਾਂਦਾ ਹੈ ਜੇ ਹਰ ਹਰ ਕੀਚੈ ਬਹੁਤ ਲੋਚੀਐ ਕੀਰਤਨਾ ਮੇਟਿਆ ਜਾਏ ਜੇ ਸਤਗੁਰੂ ਤੋਂ ਬਿਨਾ ਬਹੁਤੇਰਾ ਲੋਚੀਏ ਵੀ ਕਿ ਹਰ ਹਰ ਕਹੀਏ ਪਰ ਪਿੱਛੇ ਕੀਤੇ ਕਰਮ ਮਿਟੇ ਨਹੀਂ ਜਾ ਸਕਦੇ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਈ ਭਾਵ ਇਹ ਹੈ ਕਿ ਗੁਰੂ ਨਾਮ ਤੇ ਭਰੋਸਾ ਡ੍ਰਿੜਾ ਦਿੰਦਾ ਹੈ ਤਦ ਸਾਧਕ ਪੁਰਖ ਕਿਰਤ ਵਿਰੁੱਧ ਵੀ ਨਾਮ ਜਪਣ ਲੱਗ ਜਾਂਦਾ ਹੈ ਕੀਤੇ ਕਰਮਾਂ ਅਨੁਸਾਰ ਦੁੱਖ ਪਾ ਰਹਿਆਂ ਨੂੰ ਦੇਖ ਕੇ ਜੋ ਭਗਤ ਹਰੀ ਦਾ ਭਾਣਾ ਮੰਨ ਲੈਂਦੇ ਹਨ ਉਹ ਭਗਤ ਦਰ ਪ੍ਰਵਾਣ ਹੁੰਦੇ ਹਨ ਅਗਲੇ ਪਦੇ ਵਿੱਚ ਫੇਰ ਗੁਰੂ ਦੇ ਸ਼ਬਦ ਦ੍ਰਿੜਾਉਂਦਾ ਹੀ ਜ਼ਿਕਰ ਹੈ ਗੁਰ ਸ਼ਬਦ ਦ੍ਰਿੜਾਵੇ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਏ ਗੁਰੂ ਪ੍ਰੇਮ ਨਾਲ ਸ਼ਬਦ ਦ੍ਰਿੜ ਕਰਾਉਂਦਾ ਹੈ ਹਾਂ ਸ਼ਬਦ ਗੁਰੂ ਕਿਰਪਾ ਬਿਨਾ ਪ੍ਰਾਪਤ ਨਹੀਂ ਹੁੰਦਾ ਜੇ ਸੋ ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੇ ਧਾਈ ਜਿਵੇਂ ਜੇ ਵਿਹੋ ਦੇ ਬੂਟੇ ਨੂੰ ਸੈਂਕੜੇ ਵੇਰ ਅੰਮ੍ਰਿਤ ਸਿੰਜਿਏ ਫੇਰ ਵੀ ਉਸ ਨੂੰ ਫਲ ਵਿਹੋ ਵਾਲਾ ਹੀ ਧਾਏ ਭਾਵ ਮੋੜ-ਮੋੜ ਲੱਗੇਗਾ ਭਾਵ ਇਹ ਕਿ ਜਿਨ੍ਹਾਂ ਦੇ ਅੰਦਰ ਹਉਮੈ ਦਾ ਬੀਜ ਹੋਂਦੇ ਕਰਮ ਕਰਕੇ ਵੇਹਲਾ ਬ੍ਰਿਸ਼ ਬਣ ਚੁੱਕਾ ਹੈ ਉਹਨਾਂ ਮਨਮੁੱਖਾਂ ਨੂੰ ਸ਼ੁਭ ਸਿੱਖਿਆ ਦਿੱਤੀਆਂ ਅਸਰ ਨਹੀਂ ਹੁੰਦਾ ਕਿਉਂਕਿ ਬਾਰ-ਬਾਰ ਕੀਤੇ ਕਰਮਾਂ ਤੋਂ ਡ੍ਰਿਢ ਸੁਭਾਵ ਪ੍ਰਬਲ ਹੋ ਚੁੱਕਾ ਹੁੰਦਾ ਹੈ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਇਸ ਕਰਕੇ ਸੁਣ ਭਾਈ ਉਹ ਪੁਰਖ ਹੋਂ ਦੀ ਮੈਲ ਤੋਂ ਰਹਿਤ ਹਨ ਉਹੀ ਸੱਚੇ ਹਨ ਜਿਨ੍ਹਾਂ ਨੇ ਕਿ ਸਤਿਗੁਰੂ ਨਾਲ ਪਹਿਲੋਂ ਪਿਆਰ ਪਾਇਆ ਹੈ ਸਤਿਗੁਰ ਕਾ ਭਾਣਾ ਕਮਾਵ ਦੇ ਬੇਖ ਹौं ਮੈਂ ਤਜ ਵਿਕਾਰ ਤੇ ਸਤਿਗੁਰੂ ਨੂੰ ਜੋ ਕੁਝ ਭਾਉਂਦਾ ਹੈ ਉਸ ਦੀ ਕਮਾਈ ਕਰਦੇ ਹਨ ਤੇ ਉਹਨਾਂ ਨੇ ਹਉਮੈ ਰੂਪੀ ਵੇਖਣ ਨੂੰ ਛੱਡਿਆ ਹੈ ਜੋ ਵਿਕਾਰ ਰੂਪ ਹੈ ਭਾਵ ਹਉਮੈ ਇਸ ਦਾ ਆਪਣਾ ਸਰੂਪ ਨਹੀਂ ਇਹ ਵਿਕਾਰ ਹੈ ਅਥਵਾ ਹੋਮੇ ਤੋਂ ਪ੍ਰੇਰਿਤ ਹੋ ਕੇ ਵੇ ਪਲਸ ਕਾਰਮਾੜਾ ਕਰਮ ਕਰੀਦਾ ਹੈ ਉਹ ਛੱਡ ਦਿੱਤਾ ਹੈ ਮਨ ਹਟ ਕੇ ਤੈ ਉਪਾਏ ਨਾ ਛੂਟੀਐ ਸਿਮਰਤ ਸਾਸਤਰ ਸੋਧੋ ਜਾਇ ਇਹ ਗੱਲ ਕਿ ਮਨ ਮੁਖ ਦੇ ਮਨ ਹੱਠ ਨਾਲ ਕੀਤੇ ਕਿਸੇ ਉਪਾਅ ਨਾਲ ਛੁੱਟ ਨਹੀਂ ਸਕੀਦਾ ਅਸੀਂ ਹੀ ਨਹੀਂ ਆਖਦੇ ਤੁਸੀਂ ਪੰਡਤਾਂ ਪਾਸ ਜਾ ਕੇ ਸਿਮਰਤੀਆਂ ਤੇ ਸ਼ਾਸਤ੍ਰਾਂ ਨੂੰ ਵੀ ਸੋਧ ਕੇ ਵੇਖ ਲਵੋ ਉਹ ਵੀ ਤੁਸਾਂ ਨੂੰ ਦੱਸਣਗੇ ਕਿ ਜਿਨ੍ਹਾਂ ਦਾ ਉਧਾਰ ਹੋਇਆ ਹੈ ਉਹ ਮਿਲ ਸੰਗਤ ਸਾਧੂ ਉੱਭਰੇ ਗੁਰ ਕਾ ਸ਼ਬਦ ਕਮਾਈ ਸਾਧੂ ਦੀ ਸੰਗਤ ਵਿੱਚ ਮਿਲ ਕੇ ਉਧਰੇ ਹਨ ਤੇ ਉਸ ਸੰਗਤ ਵਿੱਚ ਗੁਰੂ ਦੇ ਦਿੱਤੇ ਸ਼ਬਦ ਦੀ ਕਮਾਈ ਕਰਕੇ ਹਰ ਕਾ ਨਾਮ ਨਿਧਾਨ ਹੈ ਜਿ세 ਅੰਤ ਨਾ ਪਾਰਾ ਵਾਰ ਪਦਾਰਥਾਂ ਦੇ মোহ ਵਿੱਚ ਹਾਉਂਦੇ ਕਰਮ ਨਾ ਕਰੋ ਸਭ ਤੋਂ ਕੀਮਤੀ ਪਦਾਰਥ ਜੋ ਨਿਧੀਆਂ ਦਾ ਖਜ਼ਾਨਾ ਹੈ ਹਰ ਦਾ ਨਾਮ ਹੈ ਜਿਸ ਦੀ ਕੀਮਤ ਕੋਤ ਦਾ ਨਾ ਅੰਤ ਹੈ ਨਾ ਪਾਰ ਉਰਾਰ ਹੈ ਭਾਵ ਜੋ ਅਨੰਤ ਹੈ ਗੁਰਮੁਖ ਸੇ ਸੋਹ ਦੇ ਜਿਨ ਕ੍ਰਿਪਾ ਕਰੇ ਕਰਤਾਰ ਜਿਨ੍ਹਾਂ ਉਤੇ ਕਰਤਾਰ ਇਸ ਅਨੰਤ ਨਾਮ ਦੀ ਕਿਰਪਾ ਕਰਦਾ ਹੈ ਉਹੀ ਗੁਰਮੁਖ ਕਹੀ ਦੇ ਹਨ ਉਹੀ ਲੋਕ ਪਰਲੋਕ ਵਿੱਚ ਸ਼ੋਭਾ ਪਾਉਂਦੇ ਹਨ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਈ ਏ ਨਾਨਕ ਸਭ ਸੁਖ ਦਾਤਾ ਹਰ ਜੀਉ ਇੱਕੋ ਹੈ ਦੂਜਾ ਹੋਰ ਕੋਈ ਨਹੀਂ ਹੈ ਗੁਰ ਪ੍ਰਸਾਦੀ ਪਾਈ ਐ ਕਰਮ ਪ੍ਰਾਪਤ ਹੋਏ ਉਹ ਗੁਰੂ ਦੀ ਕਿਰਪਾ ਨਾਲ ਪਾਈਦਾ ਹੈ ਤੇ ਗੁਰੂ ਉਸ ਹਰ ਜੀ ਉਹਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ ਵਿਆਖਿਆ ਨਿਰੋਕਤ ਸੁਗਮ ਹੈ